ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ। ਟ੍ਰੈਫਿਕ ਵਾਇਲੇਸ਼ਨ ਕਰਨ ਵਾਲੇ ਹੁਣ ਸਾਵਧਾਨ ਹੋ ਜਾਣ, ਕਿਉਂਕਿ ਲੁਧਿਆਣਾ ਟ੍ਰੈਫਿਕ ਪੁਲਿਸ ਹੁਣ ਹਰ ਇੱਕ ਚੌਂਕ ਦੇ ਵਿੱਚ ਇੱਕ ਅਜਿਹਾ ਟ੍ਰੈਫਿਕ ਸਿਸਟਮ ਜਿਹੜਾ ਉਸਦੇ ਨਾਲ ਲੈਸ ਹੋ ਰਹੀ ਹੈ ਕਿ ਹੁਣ ਜਿੰਨੇ ਵੀ ਵਾਇਲੇਸ਼ਨ ਕਰਨ ਵਾਲੇ ਹੋਣਗੇ ਉਹਨਾਂ ਨੂੰ ਆਸਾਨੀ ਨਾਲ ਫੜਿਆ ਜਾਏਗਾ। ਸੋ ਈ ਚਲਾਨ ਸਿਸਟਮ ਪਹਿਲਾਂ ਹੀ ਐਕਟਿਵ ਹੈ ਲੁਧਿਆਣਾ ਸ਼ਹਿਰ ਦੇ ਵਿੱਚ, ਪਰ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ATCS ਸਿਸਟਮ ਜਿਹੜਾ ਲਾਂਚ ਹੋ ਰਿਹਾ, ਜਿਸ ਦੇ ਤਹਿਤ 18 ਚੌਂਕਾਂ ਦੇ ਵਿੱਚ ਪਹਿਲੇ ਫੇਜ਼ ਦੇ ਵਿੱਚ 18 ਚੌਂਕਾਂ ਦੇ ਵਿੱਚ ਇਹ ਸਿਸਟਮ ਜਿਹੜਾ ਲਗਾਇਆ ਜਾਏਗਾ, ਜਿਸ ਦੇ ਨਾਲ ਉਹਨਾਂ ਲੋਕਾਂ ਨੂੰ ਫੜਿਆ ਜਾਏਗਾ ਜਿਹੜੇ ਟ੍ਰੈਫਿਕ ਦੀ ਵਾਇਲੇਸ਼ਨ ਕਰਦੇ ਨੇ, ਜਿਵੇਂ ਕੋਈ ਰੈੱਡ ਲਾਈਟ ਜੰਪ ਕਰਦਾ ਜਾਂ ਕਿਸੇ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ, ਸੀਟ ਬੈਲਟ ਨਹੀਂ ਲਗਾਈ। ਸੋ ਅਜਿਹੀਆਂ ਚੀਜ਼ਾਂ, ਸੋ ਲੁਧਿਆਣਾ ਦੇ ਦੁਰਗਾ ਮਾਤਾ ਚੌਂਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਕਿਉਂਕਿ ਇਹ ਚੌਂਕ ਵੀ ਸ਼ਾਮਲ ਹੈ ਉਹਨਾਂ 18 ਚੌਂਕਾਂ ਦੇ ਵਿੱਚ। ਸੋ ਜਿਹੜਾ ਸਿਸਟਮ ਪਹਿਲਾਂ ਇਹ ਬੰਬੇ ਵਰਗੇ ਸ਼ਹਿਰਾਂ ਦੇ ਵਿੱਚ, ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਜਾਂ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਸੀ, ਪਰ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਹੁਣ ਲੁਧਿਆਣਾ ਦੇ ਵਿੱਚ ਵੀ ਅਡੈਪਟਿਕ ਟ੍ਰੈਫਿਕ ਕੰਟਰੋਲ ਸਿਸਟਮ ਜਿਹੜਾ ਉਸਨੂੰ ਲਾਂਚ ਕੀਤਾ ਗਿਆ। ਪਹਿਲੇ ਫੇਜ਼ ਦੇ ਵਿੱਚ 18 ਚੌਂਕ ਨੇ, ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ ਰੋਡ, ਲੋਧੀ ਕਲੱਬ ਚੌਂਕ, ਵਰਧਮਾਨ ਚੌਂਕ, ਪੁਲਿਸ ਕਲੋਨੀ ਚੌਂਕ, ਜਮਾਲਪੁਰ, ਜਗਰਾਓ ਪੁਲ, ਦੁਰਗਾ ਮਾਤਾ ਮੰਦਿਰ, ਇਹ ਦੁਰਗਾ ਮਾਤਾ ਮੰਦਿਰ ਚੌਂਕ ਦੀਆਂ ਲਾਈਵ ਤਸਵੀਰਾਂ ਨੇ ਆਪ ਸਭ ਦੇ ਨਾਲ। ਉਸ ਤੋਂ ਇਲਾਵਾ ਭਾਈਵਾਲਾ ਚੌਂਕ, ਕਾਕਾ ਮੈਰਿਜ ਪੈਲਸ ਚੌਂਕ, ਦਾਣਾ ਮੰਡੀ ਚੌਂਕ, ਜਨਤਾ ਨਗਰ ਚੌਂਕ, ਵੀਰ ਪੈਲਸ ਚੌਂਕ, ਜਮਾਲਪੁਰ ਚੌਂਕ, ਢੋਲੇਵਾਲ ਚੌਂਕ, ਪਾਵਾ ਚੌਂਕ, ਮਾਲ ਰੋਡ, ਹੀਰੋ ਬੇਕਰੀ ਚੌਂਕ, ਸੱਗੂ ਚੌਂਕ, ਮਿੰਟ ਗੁਮਰੀ ਚੌਂਕ ਤੇ ਸੁਨੇਤ ਚੌਂਕ, ਇਹ ਸ਼ਾਮਲ ਕੀਤੇ ਗਏ ਨੇ। ਪਹਿਲੇ ਫੇਜ਼ ਦੇ ਵਿੱਚ 18 ਚੌਂਕ ਨੇ ਔਰ ਦੂਸਰੇ ਫੇਜ਼ ਦੇ ਵਿੱਚ ਜਿਹੜੇ ਨੇ 26 ਚੌਂਕ ਨੇ, ਟੋਟਲ 44 ਜਿਹੜੇ ਸਪੋਟ ਨੇ ਇਹ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ, ਜਿੱਥੇ ਇਹ ਅਡੈਪਟਿਕ ਟ੍ਰੈਫਿਕ ਕੰਟਰੋਲ ਸਿਸਟਮ ATCS ਸਿਸਟਮ ਜਿਹੜਾ ਲੱਗੇਗਾ, ਜਿਸ ਦੇ ਤਹਿਤ ਈ ਚਲਾਨ ਹੋਏਗਾ, ਕਿਉਂਕਿ ਲਗਾਤਾਰ ਜਿਹੜੇ ਚਲਾਨ ਹੁੰਦੇ ਸਨ ਉਹ ਕੋਰਟ ਦੇ ਵਿੱਚ ਪਏ ਰਹਿੰਦੇ ਸਨ, ਲੋਕ ਜੁਰਮਾਨਾ ਨਹੀਂ ਭਰਦੇ, ਚਲਾਨ ਨਹੀਂ ਭੁਗਦੇ ਸਨ। ਸੋ ਹੁਣ ਜਿਉਂ ਜਿਉਂ ਕਹਿ ਸਕਦੇ ਹਾਂ ਕਿ ਮਾਡਰਨਾਈਜੇਸ਼ਨ ਦਾ ਜ਼ਮਾਨਾ, ਟ੍ਰੈਫਿਕ ਪੁਲਿਸ ਵੀ ਹੁਣ ਇਸ ਸਿਸਟਮ ਨੂੰ ਲਾਂਚ ਕਰ ਰਹੀ ਹੈ, ਔਰ ਲੁਧਿਆਣਾ ਦੇ ਵਿੱਚ ਜਿੱਥੇ ਈ ਚਲਾਨਿੰਗ ਪਹਿਲਾਂ ਹੁੰਦੀ ਸੀ ਉਸ ਸਿਸਟਮ ਨੂੰ ਹੋਰ ਸਟਰੋਂਗ ਕੀਤਾ ਜਾ ਰਿਹਾ। ਪਹਿਲੇ ਫੇਜ਼ ਦੇ ਤਹਿਤ 18 ਚੌਂਕਾਂ ਦੇ ਵਿੱਚ ਇਹ ਸੁਵਿਧਾ ਜਿਹੜੀ ਦਿੱਤੀ ਗਈ ਹੈ, ਜੇਕਰ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ, ਰੈੱਡ ਲਾਈਟ ਜੰਪ ਕਰਦਾ, ਸਿੱਧਾ ਸਿਸਟਮ ਇਹਨਾਂ CCTV ਕੈਮਰਾਜ਼ ਦਾ, ਇਹ ਸਾਰੇ ਸਿਸਟਮ ਦਾ ਕੰਟਰੋਲ ਰੂਮ ਦੇ ਨਾਲ ਕਨੈਕਸ਼ਨ ਹੋਏਗਾ, ਕੰਟਰੋਲ ਰੂਮ ਦੇ ਵਿੱਚ ਬੈਠੇ ਜਿਹੜੇ ਮੁਲਾਜ਼ਮ ਹੋਣਗੇ ਉਹ ਸਾਰੀ ਦੇਖ ਰੇਖ ਕਰਨਗੇ, ਔਰ ਤੁਹਾਡੇ ਘਰੇ ਈ ਚਲਾਨ ਜਾਏਗਾ। ਪਹਿਲੇ 2 ਸਮੇਂ ਜੇਕਰ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਜੁਰਮਾਨਾ ਹੋਏਗਾ, ਤੀਸਰੀ ਵਾਰ ਤੁਹਾਡੀ ਰਜਿਸਟ੍ਰੇਸ਼ਨ ਵੀ ਜਿਹੜੀ ਹੈ ਉਹ ਰੱਦ ਹੋ ਸਕਦੀ ਹੈ। ਸੋ ਹੁਣ ਸਖਤੀ ਕਰ ਰਹੀ ਹੈ ਲੁਧਿਆਣਾ ਦੀ ਟ੍ਰੈਫਿਕ ਪੁਲਿਸ। ਅਡੈਪਟਿਕ ਟ੍ਰੈਫਿਕ ਕੰਟਰੋਲ ਸਿਸਟਮ ਪਹਿਲਾਂ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ, ਚੰਡੀਗੜ੍ਹ, ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਸੀ, ਹੁਣ ਲੁਧਿਆਣਾ ਦੇ ਵਿੱਚ ਵੀ ਇਹ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਲਗਾਇਆ ਜਾ ਰਿਹਾ। ਸੋ ਪੁਲਿਸ ਵੱਲੋਂ ਦੇਖਿਆ ਜਾ ਰਿਹਾ ਕਿ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਲੱਗੇਗਾ, ਉਹਨਾਂ ਨੂੰ ਛੇਤੀ ਫੜਿਆ ਜਾਏਗਾ। ਉਸ ਦੇ ਨਾਲ ਨਾਲ ਸ਼ਹਿਰ ਦੇ ਵਿੱਚ ਜਦੋਂ ਕੋਈ ਕ੍ਰਾਈਮ ਕਰਕੇ ਕੋਈ ਐਂਟੀ ਸੋਸ਼ਲ ਐਲੀਮੈਂਟ ਭੱਜਦਾ ਤਾਂ ਉਸ ਦੇ ਵਿੱਚ ਵੀ ਸਹਾਇਕ ਹੋਏਗਾ ਸਿਸਟਮ, ਕਿਉਂਕਿ ਕੜੀ ਦਰ ਕੜੀ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਉਹਨਾਂ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ। ਸੋ ਸਾਰਾ ਇਹ ਸਿਸਟਮ ਜਿਹੜਾ ਕੰਟਰੋਲ ਰੂਮ ਦੀ ਦੇਖ ਰੇਖ ਦੇ ਵਿੱਚ ਚੱਲੇਗਾ, ਪੁਲਿਸ ਕੰਟਰੋਲ ਰੂਮ, ਔਰ ਉਹ ਜਵਾਬਦੇਹ ਹੋਏਗਾ ਟ੍ਰੈਫਿਕ ਪੁਲਿਸ ਨੂੰ। ਜਿੰਨੇ ਵੀ ਚਲਾਨ ਹੋਣਗੇ ਉਹ ਲੋਕਾਂ ਦੇ ਘਰੇ ਪਹੁੰਚਣਗੇ ਮੈਸੇਜਿਸ ਦੇ ਜ਼ਰੀਏ, ਜਿਸ ਰਜਿਸਟਰਡ ਨੰਬਰ ਦੇ ਉੱਪਰ RC ਹੋਏਗੀ ਉਸ ਨੰਬਰ ਦੇ ਉੱਪਰ ਉਸ ਵਹੀਕਲ ਦਾ ਜਿਹੜਾ ਚਲਾਨ ਜਾਏਗਾ, ਉਸ ਤੋਂ ਇਲਾਵਾ ਬਾਏ ਪੋਸਟ ਵੀ ਜਾ ਸਕਦਾ ਔਰ ਲੋਕਾਂ ਨੂੰ ਇਹ ਜੁਰਮਾਨਾ ਲੱਗੇਗਾ। ਸੋ ਇਹ ਖਾਸ
ਹੁਣ ਜਿਹੜੇ ਲੁਧਿਆਣਾ ਦੇ ਵਿੱਚ ਟ੍ਰੈਫਿਕ ਵਾਇਲੇਸ਼ਨ ਕਰਦੇ ਨੇ ਉਹਨਾਂ ਲੋਕਾਂ ਨੂੰ ਸਾਵਧਾਨ ਹੋਣਾ ਪਏਗਾ, ਕਿਉਂਕਿ ਟ੍ਰੈਫਿਕ ਪੁਲਿਸ ਨੇ ਇਹ ਸਿਸਟਮ 18 ਚੌਂਕਾਂ ਦੇ ਵਿੱਚ ਵੱਖ-ਵੱਖ ਚੌਂਕਾਂ ਦੇ ਵਿੱਚ ਲੱਗਣਾ ਸ਼ੁਰੂ ਹੋ ਗਿਆ। ਕਈ ਚੌਂਕਾਂ ਦੇ ਵਿੱਚ ਚੱਲ ਰਿਹਾ, ਜਿਸ ਤਰ੍ਹਾਂ ਪਵੇਲੀਅਨ ਮਾਲ ਦੇ ਵਿੱਚ ਚੌਂਕ ਜਿਹੜਾ ਹੈ, ਦੁਰਗਾ ਮਾਤਾ ਮੰਦਿਰ ਚੌਂਕ ਹੈ, ਉਸ ਤੋਂ ਇਲਾਵਾ ਮਾਲ ਰੋਡ ਤੇ ਚੌਂਕ, ਇਹਨਾਂ ਸਾਰੇ ਚੌਂਕਾਂ ਦੇ ਵਿੱਚ ਇਹ ਸਿਸਟਮ ਲੱਗ ਚੁੱਕਿਆ ਹੈ। ਕਈ ਚੌਂਕਾਂ ਦੇ ਵਿੱਚ ਲੱਗਣਾ ਹੈ, ਕਿਉਂਕਿ ਕੰਸਟਰਕਸ਼ਨ ਚੱਲ ਰਹੀ ਹੈ, ਜਿਸ ਦੇ ਚੱਲਦੇ ਹੌਲੀ ਹੌਲੀ ਇਹ ਸਾਰਾ ਸੈਟਅਪ ਜਿਹੜਾ ਲਗਾਇਆ ਜਾਏਗਾ। ਪਰ ਹੋਰ ਮਜ਼ਬੂਤ ਹੋਈ ਹੈ ਲੁਧਿਆਣਾ ਪੁਲਿਸ ਔਰ ਲੁਧਿਆਣਾ ਟ੍ਰੈਫਿਕ ਪੁਲਿਸ, ਕਿਉਂਕਿ ਜਿਹੜੇ ਵਾਇਲੇਸ਼ਨ ਕਰਦੇ ਨੇ ਲੋਕ ਉਹਨਾਂ ਨੂੰ ਆਸਾਨੀ ਦੇ ਨਾਲ ਫੜਿਆ ਜਾਏਗਾ ਔਰ ਈ ਚਲਾਨ ਦੇ ਜ਼ਰੀਏ ਜੁਰਮਾਨਾ ਹੋਏਗਾ। ਪਹਿਲੀਆਂ ਦੋ ਵਾਰੀ ਦੇ ਵਿੱਚ ਜੁਰਮਾਨਾ, ਤੀਸਰੀ ਵਾਰੀ ਦੇ ਵਿੱਚ ਜੇਕਰ ਥਰਡ ਟਾਈਮ ਵੀ ਤੁਸੀਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਉਸ ਤੋਂ ਬਾਅਦ ਤੁਹਾਡੀ ਰਜਿਸਟ੍ਰੇਸ਼ਨ ਵੀ ਕੈਂਸਲ ਹੋ ਸਕਦੀ ਹੈ। ਸੋ 18 ਜਿਹੜੇ ਚੌਂਕ ਨੇ ਫਸਟ ਫੇਜ਼ ਦੇ ਵਿੱਚ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ATCS ਸਿਸਟਮ ਦੇ ਨਾਲ ਉਹਨਾਂ ਨੂੰ ਲੈਸ ਕੀਤਾ ਜਾਏਗਾ। ਉਸ ਤੋਂ ਬਾਅਦ 26 ਜਿਹੜੇ ਹੋਰ ਨੇ ਉਹਨਾਂ ਨੂੰ ਦੂਸਰੇ ਫੇਜ਼ ਦੇ ਵਿੱਚ ਲਗਾਇਆ ਜਾਏਗਾ। ਕੁੱਲ 44 ਜਿਹੜੇ ਸਪੋਟ ਨੇ ਜਿੱਥੇ ਇਹ ਸਿਸਟਮ ਅਡੈਪਟਿਕ ਟ੍ਰੈਫਿਕ ਕੰਟਰੋਲ ਸਿਸਟਮ ਲਗਾਇਆ ਜਾਏਗਾ, ਜਿਸ ਦੇ ਜ਼ਰੀਏ ਈ ਚਲਾਨਿੰਗ ਹੋਏਗੀ। ਚਲਾਨ ਹੁਣ ਘਰ ਜਾਏਗਾ ਜੇਕਰ ਤੁਸੀਂ ਟ੍ਰੈਫਿਕ ਦੀ ਉਲੰਘਣਾ ਕਰਦੇ ਹੋ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹੋ, ਕਿਉਂਕਿ ਅਮੂਮਨ ਵੇਖਿਆ ਜਾਂਦਾ ਕਿ ਲੋਕ ਰੈੱਡ ਲਾਈਟ ਜੰਪ ਕਰਦੇ ਨੇ ਜਾਂ ਓਵਰ ਸਪੀਡ ਤੇ ਚੱਲਦੇ ਨੇ। ਉਸ ਤੋਂ ਇਲਾਵਾ ਕਈਆਂ ਨੇ ਸੀਟ ਬੈਲਟ ਨਹੀਂ ਲਗਾਈ ਹੁੰਦੀ, ਜੇਕਰ ਕੋਈ ਪੁਲਿਸ ਮੁਲਾਜ਼ਮ ਉਹਨਾਂ ਨੂੰ ਰੋਕਦਾ ਤਾਂ ਉਹ ਗੱਡੀਆਂ ਭਜਾ ਲੈਂਦੇ ਨੇ। ਸੋ ਹੁਣ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਇਹਨਾਂ ਸਿਸਟਮ ਦੇ ਜ਼ਰੀਏ ਤੁਹਾਨੂੰ ਈ ਚਲਾਨ ਤੁਹਾਡੇ ਘਰੇ ਪਹੁੰਚੇਗਾ, ਮੈਸੇਜ ਦੇ ਜ਼ਰੀਏ ਤੁਹਾਨੂੰ ਜੁਰਮਾਨਾ ਜਿਹੜਾ ਲਗਾਇਆ ਜਾਏਗਾ। ਸੋ ਜਿੰਨੇ ਵੀ ਹੁਣ ਟ੍ਰੈਫਿਕ ਦੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੇ ਉਹਨਾਂ ਨੂੰ ਸਾਵਧਾਨ ਹੋਣਾ ਪਏਗਾ, ਕਿਉਂਕਿ ਟ੍ਰੈਫਿਕ ਪੁਲਿਸ ਲੁਧਿਆਣਾ ਜਿਹੜੀ ਹੈ ਇਹ ਸਿਸਟਮ ਦੇ ਨਾਲ ਲੈਸ ਹੋ ਰਹੀ ਹੈ ਔਰ ਜਿੰਨੇ ਵੀ ਟ੍ਰੈਫਿਕ ਦੀ ਵਾਇਲੇਸ਼ਨ ਕਰਨ ਵਾਲੇ ਨੇ ਉਹਨਾਂ ਤੇ ਸਜ਼ਾ ਹੋਣਾ ਦੱਸਿਆ ਜਾਏਗਾ। ਕੈਮਰਾਮੈਨ ਸਤਵੰਤ ਮਠਾਉਰ, ਅਮਨ ਸਿੰਘ, ਲੁਧਿਆਣਾ।